ਲੋਕਾਂ ਨੂੰ ਜ਼ਿੰਦਗੀ ਅਤੇ ਦੇਸ਼ ਸੇਵਾ ਦੇ ਮਾਇਨੇ ਸਮਝਾਉਣ ਵਾਲੇ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਰਾਮਨਗਰ ਵਾਰਾਣਸੀ ਵਿੱਚ ਮਾਤਾ ਰਾਮ ਤੁਲਾਰੀ ਦੇਵੀ ਦੀ ਕੁੱਖੋਂ ਪਿਤਾ ਸ਼੍ਰੀ ਸ਼ਾਰਦਾ ਪ੍ਰਸਾਦ ਸ਼੍ਰੀਵਾਸਤਵ ਦੇ ਘਰ ਹੋਇਆ। ਉਹਨਾਂ ਦਾ ਬਚਪਨ ਬੜੀ ਗੁਰਬਤ 'ਚ ਬੀਤਿਆ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਬਹੁਤ ਸਾਹਸੀ ਬਣਾ ਦਿੱਤਾ ਸੀ। ਸ਼ਾਸਤਰੀ ਜੀ ਨੇ ਮੁੱਢਲੀ ਵਿੱਦਿਆ ਪ੍ਰਾਪਤੀ ਵਾਰਾਣਸੀ ਅਤੇ ਮੁਗਲ ਸਰਾਏ ਤੋਂ ਕੀਤੀ। ਸੰਨ 1926 ਵਿੱਚ ਕਾਸ਼ੀ ਵਿੱਦਿਆਪੀਠ ਤੋਂ ਗ੍ਰੈਜੂਏਸ਼ਨ ਪਹਿਲੇ ਦਰਜੇ 'ਚ ਪਾਸ ਕੀਤੀ, ਜਿਸ ਕਰਕੇ ਉਹਨਾਂ ਨੂੰ ਸ਼ਾਸਤਰੀ ਦੀ ਉਪਾਧੀ ਨਾਲ ਨਵਾਜ਼ਿਆ ਗਿਆ। ਆਪਣੇ ਪਰਿਵਾਰ ਨਾਲ ਉਹ ਹਮੇਸ਼ਾ ਦੇਸ਼ ਸੇਵਾ ਨੂੰ ਪਹਿਲ ਦਿੰਦੇ ਸਨ। ਇਸੇ ਕਰਕੇ ਉਹਨਾਂ ਨੂੰ ਆਜ਼ਾਦੀ ਅੰਦੋਲਨ ਦੌਰਾਨ ਆਪਣੀ ਜ਼ਿੰਦਗੀ ਦੇ 9 ਸਾਲ ਜੇਲ੍ਹ 'ਚ ਬਿਤਾਉਣੇ ਪਏ। ਉਹਨਾਂ ਦਾ ਰਾਜਨੀਤਿਕ ਸਫ਼ਰ ਬਾਕਮਾਲ ਰਿਹਾ ਅਤੇ ਸਖ਼ਤ ਫੈਸਲੇ ਲੈਣ 'ਚ ਉਹ ਹਿਚਕਚਾਉਂਦੇ ਨਹੀਂ ਸਨ। ਸੰਨ 1952 'ਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਅਤੇ ਪੰਡਿਤ ਨਹਿਰੂ ਦੀ ਕੈਬਨਿਟ 'ਚ ਰੇਲਵੇ ਅਤੇ ਆਵਾਜਾਈ ਮੰਤਰੀ ਬਣੇ। 1961 'ਚ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣੇ। 27 ਮਈ 1964 ਵਿੱਚ ਪੰਡਿਤ ਨਹਿਰੂ ਦੀ ਬੇਵਕਤੀ ਮੌਤ ਨੇ ਪਾਰਟੀ ਅਤੇ ਦੇਸ਼ ਨੂੰ ਡੂੰਘੀ ਸੋਚ 'ਚ ਪਾ ਦਿੱਤਾ। ਆਖਿਰ ਕਾਂਗਰਸ ਪਾਰਟੀ ਪ੍ਰਧਾਨ ਕੇ ਕਾਮਰਾਜ ਦੀ ਅਗਵਾਹੀ ਹੇਠ ਸਰਬੰਸ ਸੰਮਤੀ ਨਾਲ ਸ਼ਾਸਤਰੀ ਜੀ ਨੂੰ 9 ਜੂਨ 1964 ਨੂੰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਜੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਇਸ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਉਹਨਾਂ ਸਾਹਮਣੇ ਬਹੁਤ ਚੁਣੌਤੀਆਂ ਸਨ। ਦੇਸ਼ ਅੰਨ ਦੀ ਥੁੜ ਦੇ ਮਾੜੇ 'ਚੋਂ ਗੁਜ਼ਰ ਰਿਹਾ ਸੀ। ਚਾਰੇ ਪਾਸੇ ਉਦਾਸੀ ਛਾਈ ਹੋਈ ਸੀ। ਦੂਜੇ ਪਾਸੇ ਪਾਕਿਸਤਾਨ ਨੇ 1965 'ਚ ਭਾਰਤ ਖਿਲਾਫ ਜੰਗ ਛੇੜ ਦਿੱਤੀ ਸੀ। ਇਸ ਨਾਜ਼ੁਕ ਦੌਰ 'ਚ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ। ਬਸ ਫਿਰ ਕੀ ਸੀ, ਕਿਸਾਨ ਖੇਤਾਂ 'ਚ ਜੁੱਟ ਗਏ ਅਤੇ ਫੌਜੀ ਜਵਾਨਾਂ ਨੇ ਮੋਰਚੇ ਸੰਭਾਲ ਲਏ। ਯੁੱਧ ਵਿਰਾਮ ਲਈ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਤਾਸ਼ੰਗਤ ਬੁਲਾਇਆ ਗਿਆ, ਜਿੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਨਾਲ ਕੜਰਾ ਫੈਸਲਾ ਲਿਆ ਗਿਆ ਅਤੇ ਗੋਲੀਬੰਦੀ ਦੇ ਸਮਝੌਤੇ 'ਤੇ 10 ਜਨਵਰੀ 1966 ਨੂੰ ਦਸਤਖਤ ਕੀਤੇ। ਇਸੀ ਸੰਸਾਰ 'ਚ ਬਹੁਤ ਚਰਚਾ ਹੋਈ। ਜਦੋਂ ਜਸ਼ਨ ਮਨਾਉਣ ਦੀ ਵਾਰੀ ਆਈ ਤਾਂ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। 11 ਜਨਵਰੀ 1966 ਨੂੰ ਉਹਨਾਂ ਦਾ ਦੇਹਾਂਤ ਹੋਇਆ। ਉਹਨਾਂ ਦੀ ਮੌਤ ਅੱਜ ਵੀ ਰਾਜ ਬਣੀ ਹੋਈ ਹੈ। ਦੇਸ਼ ਨੇ ਧਰਤੀ ਦਾ ਸੱਚਾ ਲਾਲ ਗਵਾ ਲਿਆ ਸੀ। ਪਰ ਉਹਨਾਂ ਦਾ ਜੋ ਵੀ ਰਾਜਨੀਤਿਕ ਸਫ਼ਰ ਰਿਹਾ, ਉਹ ਬਾਖੂਬੀ ਢੰਗ ਨਾਲ ਉਹਨਾਂ ਨੇ ਨਿਭਾਇਆ, ਦੇਸ਼ ਦੀ ਸੇਵਾ ਕੀਤੀ। ਇਸੇ ਲਈ ਤਾਂ ਅੱਜ ਉਹਨਾਂ ਦੇ ਜਨਮ ਦਿਨ 'ਤੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਯਾਦ ਕਰਦਾ, ਉਸ ਵੇਲੇ ਦੇ ਭਾਰਤ ਦੇਸ਼ ਨੂੰ ਯਾਦ ਕਰਦਾ। ਅਜੀਤ ਵੈਬ ਟੀਵੀ ਦੀ ਪੂਰੀ ਟੀਮ ਵੱਲੋਂ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਸ਼ਰਧਾਂਜਲੀ।